ਸਰਕਾਰ ਤੋਂ ਇਹ ਜਿਹੜਾ ਕਿਸਾਨ ਮੇਲਾ ਲਗਾਇਆ ਗਿਆ ਹੈ ਇਹਦੇ ਵਿੱਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸੰਬੰਧੀ ਵਾਤਾਵਰਨ ਨੂੰ ਸ਼ੁੱਧ ਰੱਖਣ ਸੰਬੰਧੀ ਗਾਈਡ ਕੀਤਾ ਗਿਆ ਵੱਖ ਵੱਖ ਤਰ੍ਹਾਂ ਦੇ ਸੰਦ ਜਿਹੜੇ ਆ ਉਹ ਇੱਥੇ ਡਿਸਪਲੇ ਕੀਤੇ ਗਏ ਆ ਔਰ ਵਧੀਆ ਤਕਨੀਕ ਦੇ ਨਾਲ ਖੇਤੀ ਕਰਨ ਲਈ ਕਿਸਾਨਾਂ ਨੂੰ ਜਿਹੜਾ ਹੈ ਉਹ ਗਾਈਡ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜਾ ਵੱਧ ਤੋਂ ਵੱਧ ਫਸਲਾਂ ਦਾ ਝਾੜ ਵੱਧ ਤੋਂ ਵੱਧ ਲਿਆ ਜਾ ਸਕੇ ਅਤੇ ਪ੍ਰਦੂਸ਼ਣ ਜਿਹੜਾ ਵਾ ਉਹ ਘੱਟ ਤੋਂ ਘੱਟ ਫੈਲ ਵੱਖ ਵੱਖ ਤਰ੍ਹਾਂ ਦੇ ਸਟਾਲ ਲੱਗੇ ਹੋਏ ਆ ਜੀ ਵੱਖ ਵੱਖ ਕਿਸਾਨ ਜਿਹੜੇ ਆ ਉਹ ਜਾ ਕੇ ਉਹਨਾਂ ਸਟਾਲਾਂ ਦੇ ਉੱਤੇ ਉਹਨਾਂ ਬਾਰੇ ਜਾਣਕਾਰੀ ਲੈ ਰਹੇ ਆ ਅਤੇ ਆਪਣੀ ਆਪਣੀ ਸੁਵਿਧਾ ਦੇ ਅਨੁਸਾਰ ਸਾਰੇ ਕਿਸਾਨ ਜਿਹੜੇ ਆ ਉੱਥੋਂ ਸ਼ੋਪਿੰਗ ਵੀ ਕਰ ਰਹੇ ਆ ਔਰ ਸਟਾਲਾਂ 'ਤੇ ਜਿਹੜਾ ਸਟਾਫ ਖੜ੍ਹਾ ਆ ਉਹ ਉਹਨਾਂ ਨੂੰ ਦੱਸ ਰਿਹਾ ਹੈ ਕਿ ਇਹਦਾ ਕੀ ਫਾਇਦਾ ਹੈਗਾ ਹੈ ਵੀ ਕੀ ਕਿਉਂ ਖਰੀਦਣੀ ਅਤੇ ਕਿਉਂ ਲਾਉਣੀ ਹੈ ਕਿਸਾਨਾਂ ਲਈ ਬਹੁਤ ਲਾਹੇਵੰਦ ਆ ਜੀ ਕਿਸਾਨ ਆ ਰਹੇ ਆ ਔਰ ਵੱਧ ਤੋਂ ਵੱਧ ਜਿਹੜੀ ਉਹ ਸਿੱਖਿਆ ਜਿਹੜੀ ਆ ਉਹ ਇੱਥੋਂ ਲੈ ਰਹੇ ਆ ਅਤੇ ਮੈਂ ਇਹੀ ਅਪੀਲ ਕਰਦਾ ਹੈ ਕਿ ਕਿਸਾਨ ਜਿਹੜੇ ਆ ਉਹ ਵੱਧ ਤੋਂ ਵੱਧ ਇਸ ਕੈਂਪ ਦਾ ਜਿਹੜਾ ਹੈ ਮੇਲੇ ਦਾ ਜਿਹੜਾ ਉਹ ਫਾਇਦਾ ਉਠਾਉਣ ਤਾਂ ਜੋ ਅਸੀਂ ਸਾਰੇ ਜਿਹੜੇ ਆ ਪ੍ਰਦੂਸ਼ਣ ਮੁਕਤ ਜਿਹੜਾ ਹੈਗਾ ਹੈ ਸਾਡਾ ਸਮਾਜ ਬਿਲਕੁਲ ਇੱਦਾਂ ਦੇ ਕੈਂਪ ਅੱਗੇ ਵੀ ਜਾਰੀ ਰਹਿਣਗੇ ਜੀ ਕਿਉਂਕਿ ਸਾਨੂੰ ਸਾਰਿਆਂ ਨੂੰ ਲੋੜ ਆ ਸੋ ਇਹਨਾਂ ਕੈਂਪਾਂ ਦੀ ਇੱਥੇ ਵੱਧ ਤੋਂ ਵੱਧ ਗਾਈਡ ਜਿਹੜਾ ਉਹ ਕਰਦੇ ਪਏ ਨੇ ਔਰ ਅਗਾਂਹ ਵੀ ਕਰਦੇ ਰਹੋ ਸਰਕਾਰ ਵੱਲੋਂ ਵੱਖ ਵੱਖ ਸਮਿਆਂ 'ਤੇ ਅਪੀਲ ਕੀਤੀ ਜਾਂਦੀ ਹੈ ਜੀ ਸਾਰੇ ਕਿਸਾਨਾਂ ਨੂੰ ਵੀ ਇਹਨੂੰ ਨਾ ਸਾੜਿਆ ਜਾਵੇ ਅਤੇ ਅਸੀਂ ਵੀ ਇਹ ਕਹਿੰਦੇ ਹਾਂ ਕਿ ਸਾਡੇ ਕੋਲ ਗਊਸ਼ਾਲਾ ਹੈਗੀ ਆ ਇੱਥੇ ਸਲੇਮ ਸ਼ਾਹ ਦੇ ਵਿੱਚ ਕਿਸਾਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਸਾੜਨ ਦੀ ਬਜਾਏ ਉੱਥੇ ਸਾਡੇ ਕੋਲ ਗਊਸ਼ਾਲਾ ਦੇ ਵਿੱਚ ਜਿਹੜੀ ਪਰਾਲੀ ਆ ਉਹ ਦਾਨ ਕੀਤੀ ਜਾਵੇ ਤਾਂ ਕਿ ਅਸੀਂ ਕਿਸਾਨਾਂ ਦਾ ਆ ਜਿਹੜੇ ਸਾਡੇ ਕੋਲ ਪਸ਼ੂ ਆ ਉਹਦਾ ਉਪਯੋਗ ਕਰ ਸਕੋ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਵੱਲੋਂ ਲਿਖਿਆ ਜਾ ਚੁੱਕਾ ਵੀ ਕਿਸਾਨਾਂ ਨੂੰ 100 ਰੁਪਇਆ ਵੱਧ ਬੋਨਸ ਦਿੱਤਾ ਜਾਵੇ ਅਤੇ ਸਰਕਾਰ ਦੇ ਵੱਲੋਂ ਫਾਈਨ ਜਾ ਚੁੱਕੀ ਆ ਉਮੀਦ ਕਰਦੇ ਹਾਂ ਜ਼ਰੂਰ ਭਾਰਤ ਸਰਕਾਰ ਕੁਛ ਨਾ ਕੁਛ ਕਿਸਾਨਾਂ ਤੱਕ ਦੇ ਬਿਲਕੁਲ ਜੀ ਆ ਰਹੀ ਹੈ ਡਿਮਾਂਡ ਔਰ ਅਸੀਂ ਆਪਦੇ ਲੈਵਲ 'ਤੇ ਪੰਜਾਬ ਸਰਕਾਰ ਨੂੰ ਕਰ ਸਕਦੇ ਕਿ ਭਾਰਤ ਸਰਕਾਰ ਵੱਲੋਂ ਪ੍ਰਾਈਸ ਜਿਹੜੇ ਫਿਕਸ ਕੀਤੇ ਜਾਂਦੇ ਆ ਭਾਰਤ ਸਰਕਾਰ ਨੇ ਸਾਰਾ ਇਹਦਾ ਕਰਨਾ ਵੀ ਭਾਰਤ ਸਰਕਾਰ ਨੇ ਸਾਨੂੰ ਦੇਣਾ ਸੀ ਉਹਨਾਂ ਵਾਸਤੇ ਮੰਗ ਕਰਕੇ ਜਿਹੜਾ ਪੰਜਾਬ ਸਰਕਾਰ ਵੱਲੋਂ ਮੰਗਿਆ ਗਿਆ 100 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਮੰਗਿਆ ਗਿਆ ਝੋਨੇ ਦੀ ਫਸਲ 'ਤੇ ਤਾਂ ਕਿ ਕਿਸਾਨ ਆਪਣਾ ਵਾਧੂ ਖਰਚਾ ਕਰਨ ਜੋ ਕਰਨਾ ਪੈਂਦਾ ਉਹਨੂੰ ਝੱਲ ਸਕਣ ਅਤੇ ਆਪਦੀ ਪਰਾਲੀ ਨੂੰ ਖੇਤਾਂ ਵਿੱਚ ਚਲਾ ਸਕਣ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਸਾਂਭਣ ਵਾਸਤੇ ਸਬਸਿਡੀ 'ਤੇ ਪਰਾਲੀ ਸਾਂਭਣ ਵਾਲੇ ਸੰਦ ਦਿੱਤੇ ਜਾ ਰਹੇ ਆ ਜੋ ਕਿ ਕਿਸਾਨ ਇਕੱਲਾ ਕਿਸਾਨ ਲੈਣਾ ਚਾਹੁੰਦਾ 50% ਸਬਸਿਡੀ 'ਤੇ ਸੰਦ ਦਿੱਤੇ ਜਾ ਰਹੇ ਆ ਜੇ ਕੋਈ 8 ਜਾਂ 10 ਕਿਸਾਨ ਇਕੱਠੇ ਕੋਈ ਗਰੁੱਪ ਫਾਰਮ ਕਰਦੇ ਆ ਤਾਂ ਉਹਨਾਂ ਨੂੰ 80% ਤੱਕ ਇਹ ਸਬਸਿਡੀ ਦੇ ਰਹੇ ਸੰਦਾਂ 'ਤੇ ਤਾਂ ਕਿ ਉਹ ਦੂਸਰੇ ਕਿਸਾਨਾਂ ਨੂੰ ਕਿਰਾਏ 'ਤੇ ਦੇਣ ਅਤੇ ਦੂਸਰੇ ਛੋਟੇ ਕਿਸਾਨ ਵੀ ਉਸ ਸਕੀਮ ਦਾ ਫਾਇਦਾ ਕਰਨ ਇਸ ਸਾਲ ਦੀ ਆ ਸਾਡੇ ਕੋਲ 225 ਫਾਰਮ ਗਰੁੱਪ ਰਜਿਸਟਰ ਹੋਏ ਆ ਉਹਨਾਂ ਨੂੰ ਅਸੀਂ ਸਪਲਾਈ ਕਰ ਰਹੇ ਹਾਂ ਅਤੇ 324 ਨਿੱਜੀ ਕਿਸਾਨ ਆ ਜਿਹੜੇ ਮਸ਼ੀਨਾਂ ਲੈ ਰਹੇ ਆ ਜਿਹੜੇ ਗਰੁੱਪਾਂ 'ਚ ਆ ਉਹ 625 ਤਕਰੀਬਨ ਮਸ਼ੀਨ ਆ ਜਿਹੜੀ ਉਹਨਾਂ ਗਰੁੱਪਾਂ ਵਾਲਿਆਂ ਨੂੰ ਮੁਹੱਈਆ ਕਰ ਰਹੇ ਹਾਂ ਇਹਨਾਂ ਕਿਸਾਨ ਜੋ ਕੈਂਪ ਲੱਗ ਰਹੇ ਨੇ ਇਹਨਾਂ 'ਚ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਜਾਂਦੀ ਹੈ ਹਰ ਵਿਸ਼ੇ 'ਤੇ ਜੋ ਫਸਲ ਬੀਜਣ ਤੋਂ ਲੈ ਕੇ ਅਖੀਰ ਤੱਕ ਅਸੀਂ ਉਹਨਾਂ ਨੂੰ ਹਰ ਗੱਲ ਦਾ ਸਲੂਸ਼ਨ ਦੱਸਦੇ ਹਾਂ ਜੋ ਕਿਸਾਨਾਂ ਨੂੰ ਕੋਈ ਨਵੀਂ ਮੁਸ਼ਕਲ ਆਉਂਦੀ ਆ ਉਹਦਾ ਹੱਲ ਦੱਸਿਆ ਜਾਂਦਾ ਜੇ ਸਾਡੇ ਕੋਲ ਉਹ ਮੁਸ਼ਕਲ ਦਾ ਹੱਲ ਨਹੀਂ ਤਾਂ ਅਸੀਂ ਉਹ ਮੁਸ਼ਕਲ ਯੂਨੀਵਰਸਿਟੀ ਪਾਸ ਲੈ ਕੇ ਜਾਂਦੇ ਅਤੇ ਉਹ 'ਤੇ ਰਿਸਰਚ ਕੇ ਉਹਦਾ ਹੱਲ ਕੱਢਿਆ ਜਾਂਦਾ ਹਾਂਜੀ ਕਿਸਾਨ ਮੇਲੇ ਦਾ ਬਹੁਤ ਜ਼ਿਆਦਾ ਫਾਇਦਾ ਹੈ ਜ਼ਿਮੀਦਾਰ ਜਾਗਰਤ ਹੁੰਦੇ ਆ ਜ਼ਿਮੀਦਾਰਾਂ ਨੂੰ ਨੌਲੇਜ ਮਿਲਦੀ ਹੈ ਗਿਆਨ ਮਿਲਦਾ ਹੈ ਇਹ ਗਿਆਨ ਨੂੰ ਜੇ ਅਪਣਾਉਣਗੇ ਤਾਂ ਫਾਇਦਾ ਹੋਏਗਾ ਹੀ ਹੋਏਗਾ ਸਭ ਪ੍ਰਦਰਸ਼ਨੀਆਂ ਅਸੀਂ ਦੇਖੀਆਂ ਸਾਰੀਆਂ ਪ੍ਰਦਰਸ਼ਨੀਆਂ ਚੰਗੀਆਂ ਅਸੀਂ ਆਪ ਵੀ ਪੰਜਾਬ ਮੰਡੀ ਬੋਰਡ ਦੇ ਅਪਲਾਈ ਹਾਂ ਅਤੇ ਅਸੀਂ ਈ ਨੇਮ ਸੰਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਬਹੁਤ ਵਧੀਆ ਸਾਰੇ ਜਦੋਂ ਖੇਤੀਬਾੜੀ ਡਾਕਟਰ ਜਿਹੜੇ ਹੈਗੇ ਆ ਮਾਹਰ ਹੈਗੇ ਆ ਉਹ ਜੋ ਵੀ ਜਾਣਕਾਰੀ ਦੇ ਰਹੇ ਆ ਬਹੁਤ ਅੱਛੀ ਜਾਣਕਾਰੀ ਦੇ ਰਹੇ ਆ ਬੜੀ ਢੰਗ ਨਾਲ ਬੜੇ ਸੁਚੱਜੇ ਢੰਗ ਨਾਲ ਜਾਣਕਾਰੀ ਦੇ ਰਹੇ ਆ ਕਿਸਾਨਾਂ ਨੂੰ ਫਾਇਦਾ ਹੁੰਦਾ ਹੈ ਉਹ ਘੁੰਮਦੀ ਪੁੰਜ ਕੁਝ ਕਹਿਣ ਜਿਹੜਾ ਫਾਇਦਾ ਇੱਥੋਂ ਲਊਗਾ ਉਹਨੂੰ ਫਾਇਦਾ ਹੋਵੇਗਾ ਜਿਹੜਾ ਮੇਰੇ ਵਰਗਾ ਐਵੇਂ ਘੁੰਮ ਕੇ ਜਾ ਵੜਿਆ ਉਹਨੂੰ ਕੀ ਫਾਇਦਾ ਹੋਣਾ ਫਾਇਦਾ ਜੋ ਵੀ ਕਿਸਾਨ ਇੱਥੇ ਆ ਕੇ ਸੁਣੇਗਾ ਇੱਥੋਂ ਦਾ ਲਿਟਰੇਚਰ ਪੜ੍ਹੇਗਾ ਇੱਥੋਂ ਦੀਆਂ ਜਿਹੜੀਆਂ ਤਕਨੀਕਾਂ ਹੈ ਉਹਨਾਂ ਨੂੰ ਅਪਣਾਊਗਾ ਅਤੇ ਉਹਨੂੰ ਫਾਇਦਾ ਹੋਏਗਾ ਹੀ ਹੋਏਗਾ ਅਸੀਂ ਇੱਥੇ ਕਿਸਾਨ ਮੇਲੇ ਦੇ ਵਿੱਚ ਆਏ ਹਾਂ ਅਸੀਂ ਇਹਨਾਂ ਨੂੰ ਪੁੱਛਣ ਆਏ ਹਾਂ ਵੀ ਸਵਾਲ ਕੀ ਕਰਨੇ ਹੈ ਕਿਸਾਨਾਂ ਨੂੰ ਇਹਦਾ ਕੀ ਫਾਇਦਾ ਹੋਣਾ ਇਹਦਾ ਕਿਸਾਨਾਂ ਨੂੰ 1% ਵੀ ਫਾਇਦਾ ਨਹੀਂ ਹੋ ਰਿਹਾ ਇਸ ਮੇਲੇ ਦਾ ਜਿਹੜਾ ਇਹ ਲਾ ਰਹੇ ਆ ਇਹ
या तो व्यापारियों को फायदा या यह हैगा संद वेचण वालियां कंपनियां ते जां सरकार ने जिन्होंने सबसिडी देनी है सबसिडी के नाते हड़प कर ले पैसे उन्होंने एक पलाओ वेखे 1,65,000 रुपया कीमत उन्होंने और उस पुलाओ का वजन वध तो वध 5 क्विंटल होगा और 5 क्विंटल लोहा बनता भी 20,000 का तकरीबन अज के मार्केट के रेट का और तकलीक तुम 20,000 होर ला लो 40,000 चलो 20,000 होर कर लैन 60,000 1,00,000 कहदा लेंदे मैनू समझ नहीं आती इस चीज़ की। संद जिहड़ा है ये सरकार ने किसानों के अखी घटा पाने वास्ते और मतलब किसानों ने किस्म का बुद्धू बनाने वास्ते किया जा रहा प्रचार जिहड़ा ने प्रचार पराली का कर रहे हैं प्रदूषण का प्रचार करके गया डॉक्टर साहब हमने एक सके जंगलात विभाग के वो प्रदूषण का प्रचार करके गए हैं प्रदूषण नैशनल ग्रीन ट्रिब्यूनल दियां रिपोर्टां आ गई हैं किसान ने 8% प्रदूषण करना पराली नाल 92% प्रदूषण होर सोर्सेस तो होना है और 92% प्रदूषण वास्ते कोई ध्यान नहीं दिता जा रहा। जिहड़ा पटाकिया का प्रदूषण है आ हुण साढ़े जलालाबाद हल्के का चोण होनी है और 22 तरीक उन्हां दा रिजल्ट आना है इहदे विच अणगिणत पटाके चलने हैं मैनूं दसो उहनां पटाकिया का की उह शौकिया प्रदूषण है हम परसों कल दशहरा दशहरे के जो प्रदूषण किया जाना वो शौकिया प्रदूषण है कोई भी फायदा नहीं और किसी को कोई मजबूरी नहीं होती तो किसान की मजबूरी है पराली को अग लाना किसान पराली को अग लाएंगे असं तो किसानों ने कह आए हैं भी जिद तो नहीं हल हों वो अग लाओ और किसान जथेबंदी भारतीय किसान यूनियन एकता सिद्धु पर वो खड़ी है किसानों के कोई किसी का कुछ नहीं बिगाड़ सकता किसी को परचा कोई होवे असं पहला अगे होवे पहले साढ़े परचा होगा किसानों कोई सबसिडी नहीं मिली किसी भरा मिली है कोई सबसिडी किसी को कोई सबसिडी नहीं मिली सब एक ड्रामेबाजी है और धोखेबाजी है किसानों का धोखा असी ये चाहते हाँ सरकार आपके बेलर ला ले और पराली ले जाए चाके फ्री असं कोई पैसा नहीं लेते किसान तो खुदकशियां कर रहे हैं और मशीन जिम्मे की मशीन खरीदो कौन मैं खुद 17 किलो का मालिक हाँ मैं खुद 17 किलो का मालिक हाँ और मैं अज तक मतलब ये चीज मैं मेरे वसों बाहर है और जो छोटे किसान वो बेचारे कितों लेंगे जे 2-4 किलो वाले ऐसे इलाके के अपने बार्डर पट्टी के जिन्हों बार्डर की तार तो पार जिन्होंने आपके खेत 9 तो लेकर 5 तक जाने का हुक्म मिलता वो कितों ले जाएंगे मशीन।